ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 9780205013। ਅੱਜ ਦੀ ਵੀਡੀਓ ਦੋਸਤੋ, ਪਿੰਡ ਕਾਲੇ ਕੇ ਤਹਿਸੀਲ ਨੂੰ ਬਾਘਾ ਪੁਰਾਣਾ ਪੈਂਦਾ, ਜ਼ਿਲ੍ਹਾ ਦੋਸਤੋ ਮੋਗਾ ਰਹਿੰਦਾ। ਅੱਜ ਦੀ ਵੀਡੀਓ ਵਿੱਚ 3 ਤੋਂ 4 ਨਗ ਵਿਕਾਊ ਆ ਜਿਹੜੇ ਆਪਾਂ ਸਕਰੀਨ 'ਤੇ ਦੇਖ ਰਹੇ ਹਾਂ। ਡਿਟੇਲ ਪ੍ਰੋਪਰ ਬਾਈ ਤੋਂ ਲੈ ਲੈਂਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰਾਂਗੇ, ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਨਾਲ ਲੱਗਦਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚੇ, ਅਤੇ ਫੇਸਬੁੱਕ 'ਤੇ ਦੇਖਣ ਵਾਲੇ ਫੇਸਬੁੱਕ 'ਤੇ ਫੋਲੋ ਕਰ ਲਓ। ਆ ਜੀ ਬਾਈ, ਅੰਦਰ ਲੈ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਅਤੇ ਐਡਰੈਸ ਦੱਸੋ। ਨਾਮ ਅਮਨਦੀਪ ਸਿੰਘ, ਪਿੰਡ ਕਾਲੇ ਕੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਮੋਬਾਈਲ ਨੰਬਰ ਬੋਲ ਦਿਓ ਜੀ। 9599212270। ਇੱਕ ਵਾਰੀ ਹੋਰ ਬੋਲ। 9599212270। ਠੀਕ ਹੈ ਜੀ। ਨੰਬਰ ਦੋਸਤੋ ਬਾਈ ਦਾ ਸਕਰੀਨ 'ਤੇ ਚੱਲੂਗਾ ਥੱਲੇ ਪਾਸੇ, ਅਤੇ ਸ਼ੁਰੂ ਕਰ ਲਈਏ ਇੱਕ ਨੰਬਰ ਤੋਂ ਬਾਈ। ਇੱਕ ਨੰਬਰ ਤੋਂ ਬਾਈ ਜੀ, ਪਹਿਲਾਂ ਆਪਣੀ ਰਿਕੁਐਸਟ ਆ, ਠੀਕ ਹੈ, ਆਪਣੇ ਕੋਲੇ 4 ਆ ਲਾਸਟ ਤੇ, ਇੱਕ ਗਾਂਵ ਖਾਵਾਂਗੇ ਉਹ ਆਪਣੀ 6000 ਰੁਪਏ ਦੀ ਕੋਈ ਆ ਫਿਕਸ। ਠੀਕ ਆ, ਹਾਂਜੀ ਉਹ ਲਾਸਟ ਤੇ ਦਿਖਾ ਦਿਆਂਗੇ। ਠੀਕ ਆ, 3 ਗਾਈਆਂ ਇੱਧਰ ਆ ਵੀ, ਜਿਹਦੇ ਆਪਣਾ ਮਾਲ ਪਸੰਦ ਆਇਆ ਹਨਾ। ਠੀਕ ਆ, ਉਹੀ ਭੈਣ ਭਰਾ ਫੋਨ ਲਾਵੇ, ਕਿਉਂ ਆਪਣੇ ਤੇ ਪਈ ਵਿਪਤਾ, ਆਪਣੇ ਚਾਚੇ ਦੀ ਬਈ ਮੌਤ ਹੋ ਗਈ ਕੱਲ। ਠੀਕ ਆ, ਹਾਂਜੀ, ਕਿਉਂ ਉੱਧਰ ਵੀ ਜਾਣਾ ਪੈਂਦਾ ਵੀ ਮਜਬੂਰੀ ਕਰਕੇ, ਹੁਣ ਆਪਾਂ ਵੇਚਣਾ ਹੈ ਕਿ ਹੁਣ 8-10 ਦਿਨ ਸਾਂਭਣਾ ਔਖੀਆਂ ਬਈ, ਗਾਈਆਂ ਅੱਗੇ ਨਾਲ ਦੁੱਧ ਘਾਟੀਆਂ ਆਪਣੀਆਂ। ਠੀਕ ਆ, ਹਾਂਜੀ ਬਈ। ਠੀਕ ਆ, ਇਹ ਗਾਂ ਬਾਈ ਜੀ ਦੂਜਾ ਸੁਆ ਸੂਈ ਵੀ ਆ, ਆਪਾਂ ਪਿਛਲੇ ਚੈਨਲ ਤੇ ਵੀ ਤੁਹਾਡੇ ਤੇ ਵੀਡੀਓ ਹੈਗੀ, ਆਪਣੇ ਤੋਂ ਫੋਨ ਆਪਾਂ ਨੂੰ ਉਥੇ ਰਿਆ ਹੀ ਨਹੀਂ ਚੱਕੇ ਗਏ ਬਈ, 2 ਦਿਨ ਚਾਚਾ ਢਿੱਲਾ ਰਿਆ। ਠੀਕ ਆ, ਹਾਂਜੀ ਬਾਈ, ਫੋਨ ਉਥੇ ਰਿਆ ਹੀ ਨਹੀਂ ਚੱਕੇ ਗਏ। 10 ਕਿਲੋ ਦੁੱਧ ਆਪਾਂ ਉਦੋਂ ਦੱਸਿਆ ਸੀ, 9 ਕਿਲੋ ਦੁੱਧ ਰਹਿ ਗਿਆ ਬਈ ਇਹਦੇ ਥਾਂ। ਠੀਕ ਆ, ਵੀ 2 ਦਿਨ ਪੱਠੇ ਲੇਟ ਫੇਟ ਪੈਂਦੇ ਰਹੇ ਹਨਾ, ਖੁਰਾਕ ਖੁਰੂ ਦਾਣਾ ਦੂਣਾ ਨਹੀਂ ਪਿਆ, 9 ਕਿਲੋ ਹੁਣ ਵੀ ਆਪਾਂ ਡੱਬੇ ਮਾਰ ਕੇ ਦੇ ਦਿਆਂਗੇ। ਠੀਕ ਆ, 1.5 ਮਹੀਨਾ ਅਗਲਿਆਂ ਨੇ ਦੱਸਿਆ ਬਣੀ ਨੂੰ ਹੋ ਗਿਆ, ਪਰ ਆਪਾਂ ਨੇ ਇਹ ਚੀਜ਼ ਆਂਦੇਗੇ, ਠੰਡੀ ਸੀਲ ਪੂਰੀ ਆ ਬਾਈ। ਠੀਕ ਆ, ਹਾਂਜੀ, ਸੂਈ ਨੂੰ ਉਹਨਾਂ ਨੇ ਦੱਸਿਆ ਵੀ 3 ਮਹੀਨੇ ਹੋ ਗਏ, 1.5 ਮਹੀਨਾ ਬਣੀ ਨੂੰ ਹੋ ਗਿਆ, ਭਾਵਾਂ ਵਿਹੜੇ ਦੇ ਵਿਚਾਲੇ ਲਿਆ ਖੜਿਆ ਕੇ ਅਗਲਾ ਚੋਲੇ। ਠੀਕ ਆ, ਸੂਆ ਕਿੰਨਾ? ਸੂਆ ਦੂਜਾ ਕਹਿ ਕੇ ਦਿੱਤੀ ਬਾਈ ਆਪਾਂ ਨੂੰ ਦੋਸਤੋ, ਦੂਜਾ ਸੂਆ ਸੂਈ ਨੂੰ 3 ਮਹੀਨੇ ਹੋ ਗਏ ਤੇ 1.5 ਮਹੀਨਾ ਹੋ ਗਿਆ ਬਣੀ ਨੂੰ, 9 ਕਿਲੋ ਦੁੱਧ ਤਿਆਰ ਆ, 2 ਡੰਗ ਚੋਣ ਵਾਲਾ। ਬਾਕੀ ਤਾਂ ਦੋਸਤੋ ਤੁਹਾਡੀ ਸੇਵਾ ਦਾ ਰਹਿਣਾ ਬਾਈ। ਥਣਾ ਦੀ ਕਿਵੇਂ? ਥਣਾ ਦੀ ਬਿਲਕੁਲ ਓਕੇ ਆ ਬਾਈ। ਠੀਕ ਆ, ਜਵਾਈ ਜੁਈ ਭੂਰ ਨਹੀਂ ਛੱਟਾ ਨਹੀਂ? ਠੀਕ ਆ, ਸਹੀ ਆ ਦੋਸਤੋ, ਥਣਾ ਦੀ ਓਕੇ ਆ, ਸੁਭਾਅ ਸੂ ਪੂਰੀ ਠੰਡੀ ਸੀਲ ਆ ਬਾਈ ਯਾਰ, ਭਾਵਾਂ ਵਿਹੜੇ ਦੇ ਵਿਚਾਲੇ ਲੁਕੜਿਆ ਕੇ ਚੋਲ ਲੈਣ ਲੈ। ਠੀਕ ਆ, ਹਾਂਜੀ ਬਾਈ, ਸਹੀ ਆ ਦੋਸਤੋ। ਹਵਾ ਨਾਲ ਚੈੱਕ ਕਰ ਲਓ, ਉੱਪਰ ਤੋਂ ਲੈ ਕੇ ਥੱਲੇ ਤੱਕ ਠੰਡੀ ਸੀਲ ਫੁੱਲ ਆ। ਇੱਧਰ ਦੀ ਵੀ ਦਿਖਾ ਦਿੰਦੇ ਹਾਂ ਥਣਾ ਦੇ ਸਾਈਜ਼, ਲਓ ਜੀ ਚੈੱਕ ਕਰ ਲਓ, 4 ਹੀ ਥਣਾ, ਕੋਈ ਫੋਟ ਸ਼ਾਂਗ ਨਹੀਂ। ਹਾਂਜੀ, ਤੇ ਕੱਦ ਕਾਠ ਵੀ ਸੁਣਾਂਗਾ, ਤੇ ਮੁੱਲ ਬਾਈ ਜੀ ਕੀ ਰਹਿਣਾ ਲੱਗਦਾ? ਮੁੱਲ ਇਹਦਾ ਬਾਈ ਜੀ ਜਮਾਂ ਫੈਕਸ ਹੀ ਆ। ਠੀਕ ਆ, 23,000 ਰੁਪਏ ਦੀ ਗਾਂ ਆਪਾਂ ਦੇਣੀ ਆ। ਠੀਕ ਆ, ਮੁੱਲ ਭਾਵਾਂ ਅਗਲਾ 25 ਕਰਾ ਲੇ 30 ਕਰਾ ਲੇ 23,000 ਫਿਕਸ ਹੀ ਆ ਹਨਾ, ਵੀ ਕੋਈ ਬਾਲੀ ਭੰਨ ਤੋੜ ਨਹੀਂ ਹੋਣੀ ਗੀ, ਐਵੇਂ ਆਪਾਂ ਪਹਿਲੇ ਆਪਦੀ ਮਜਬੂਰੀ ਦੱਸੀ ਬੈਠੇ ਆ। ਠੀਕ, ਹਾਂਜੀ ਬਾਈ, ਸਹੀ ਆ। ਮੁੱਲ ਦੋਸਤੋ ਬਾਈ ਨੇ ਫਿਕਸ ਹੀ ਕਰਿਆਗਾ, ਮਾੜਾ ਮੋਟਾ ਹੋ ਸਕਦਾ ਛੋੜ ਚੱਪਾ ਜ਼ਰੂਰ, ਪਰ ਫਿਕਸ ਵਾਲਾ ਮੰਨ ਕੇ ਚੱਲੋ ਤੁਸੀਂ, ਅੱਗੇ ਚੱਲਦੇ ਆ। ਦੋ ਬਸ ਛੋੜ ਹੀ ਮੰਨਣ ਬਾਈ, ਵੀ ਵਿੱਚੋਂ 500 ਰੁਪਏ ਛੋੜ ਹੀ ਹੋਣੀ ਆ। ਠੀਕ, ਹਾਂਜੀ ਬਾਈ, ਸਹੀ ਆ। 23,000 ਮੁੱਲ ਹੈ, ਤੇ 2 ਨੰਬਰ ਬਾਈ ਇਹਨੂੰ ਬਾਈ ਜੀ 20 ਦਿਨ ਹੋਏ ਆ ਸੂਈ ਨੂੰ, ਆਪਾਂ ਨਾਲ ਦੇ ਪਿੰਡੋਂ ਲਈ ਆ ਇਹ। ਠੀਕ ਆ, ਵੱਛੀ ਸੀਗੇ ਤੇ ਮਗਰ ਮਰ ਗਈ ਆ, ਸਿਰਫ 20 ਦਿਨ ਸੂਈ ਨੂੰ ਹੋਏ ਆ, ਇਹ ਚੀਜ਼ ਦੀ ਮੈਨੂੰ ਵੀ ਤਸੱਲੀ ਆ। ਠੀਕ, ਹਾਂਜੀ, ਦੁੱਧ ਹੁਣ 12 ਕਿਲੋ ਦੁੱਧ ਤਿਆਰ ਆ। ਭਾਵੇਂ ਕੋਈ 2 ਟਾਈਮ ਚੋਲੇ, ਮੈਂ ਨਾ 2 ਟਾਈਮ ਚੋਲੇ 3 ਚੋਲੇ ਭਈ ਇੱਧਰ ਦੀ ਥਾਂ ਵਿਖਾ ਆਏ, ਜਾਂ ਥਾਂ ਤਾਂ ਮੱਝਾਂ ਨੂੰ ਨਹੀਂ ਲੱਗਿਆ ਹੁੰਦਾ, ਜਾਂ ਲੱਖ ਵਾਲੀ ਗਾਂ ਨੂੰ ਨਹੀਂ ਹੋਣਾ ਜਿਹੜਾ ਇਹਨੂੰ ਲੱਗਿਆ। ਠੀਕ, ਸਹੀ ਆ। ਕਿਉਂ ਚਵਾਈ ਚੁਈ ਕਿਵੇਂ ਸੁਭਾਅ? ਮੈਂ ਨਾ ਬਈ ਯਾਰ ਪੂਰੀ ਠੰਡੀ ਸੀ ਲੈ, ਜਿਹੜਾ ਆਪਾਂ ਪਸ਼ੂ ਦੱਸਿਆ ਉਹ ਉਨੇ ਕਾ ਲਈ ਨਿਕਲਦੇ, ਨਾ ਵੱਧ ਨਿਕਲੇ ਨਾ ਘੱਟ, ਪਹਿਲੇ ਪਾਸੇ ਬਈ ਥਾਂ ਵਿਖਾਈਏ ਦੇ ਬੈਠ ਤੇ। ਦੋਸਤੋ ਇਹ ਸੱਜਰ ਸੂਈ, ਸੂਆ ਕਿਨ ਮੈਂ ਦੱਸਿਆ ਬਈ? ਦੂਜਾ ਸੂਈ ਵੀ ਆ ਬਈ ਇਹ। ਠੀਕ ਆ ਦੋਸਤੋ, ਠੰਡੀ ਸੀਲ ਫੁੱਲ ਆ, ਦੂਜਾ ਸੂਆ ਸੱਜਰ ਆ, ਬੱਚਾ ਇਹਦਾ ਮਰ ਗਿਆ, ਥਣਾਂ ਦੇ ਸਾਈਜ਼ ਵੀ ਸੋਹਣੇ, ਨੇੜੇ ਤੋਂ ਫੇਰ ਦਿਖਾਵਾਂਗੇ, ਕਿਰਾ ਤੋਰਾ ਦਿਖਾ ਦਈਏ ਤੇ ਕੱਦ ਕਾਠ ਵੀ ਤੁਹਾਨੂੰ ਦਿਖਾਉਣੀ ਆ। ਤੇ ਚਵਾਈ ਚੁਈ ਬਈ ਕਿਵੇਂ? ਓਕੇ, ਮੈਂ ਨਾ ਬਈ ਬਾਲੀ ਚੰਗੀ ਚਵਾਈ ਲੱਗੀ ਵੀ, ਆਪਾਂ ਲੈਨੇ ਬਈ ਯਾਰ, ਉਹ ਚਲ ਕੋਈ ਅਰਥ ਹੀ ਕੀ ਕਹਣਾ, ਮਾੜਾ ਨਿਕਲਿਆ ਵੀ ਪਸ਼ੂ ਹਨਾ। ਠੀਕ ਆ, ਹਾਂ ਵੀ ਚੱਲ ਸਹੀ ਆ ਦੋਸਤੋ, ਠੱਗੀਆਂ ਦਾ ਵੱਡੇ ਵੱਡਿਆਂ ਨਾਲ ਵੱਜ ਜਾਂਦੀਆਂ, ਮੁੱਠੀ ਵਾਲਾ ਥਾਂ ਨਾ,
ਪਿੱਛੇ ਦੇ ਵੀ ਦਿਖਾਵਾਂਗੇ ਤੇ ਅੱਗੇ ਵੀ ਸਾਰੇ ਪਾਸੇ ਤੁਹਾਨੂੰ ਦਿਖਾ ਦਾਂਗੇ ਹਵਾਲਾ ਕਿ ਚੈੱਕ ਕਰ ਸਕਦੇ ਹੋ। ਇੱਧਰ ਦੀ ਦਿਖਾ ਦੇਈਏ ਮਾੜਾ ਜਿਹਾ, ਲਓ ਜੀ ਚੈੱਕ ਕਰ ਲਓ ਦੋਸਤੋ, ਥਾਣਾ ਦੇ ਸਹਿ ਸੋਹਣੇ, ਚਾਰ ਹੀ ਥਾਣਾ ਇੱਕੋ ਜਿਹੇ ਥਾਣਾ, ਨੇੜੇ ਕਰਕੇ ਦਿਖਾ ਦਿੰਦੇ ਹਾਂ। ਲਓ ਜੀ ਕਈ ਵਾਰ ਦੂਰੋਂ ਨੇੜੇ ਆਉਣਾ ਹੁੰਦਾ ਤੇ ਹਵਾਨੇ ਦਾ ਰੁੱਖ ਵੀ ਸੋਹਣਾ ਲੱਗਦਾ, ਅੱਗੇ ਨੂੰ ਵੀ ਹੋਣਾ ਚਾਹੀਦਾ। ਤੇ ਮੁੱਲ ਬਾਈ ਦਾ ਕੀ ਰਹਿਣਾ? ਮੁੱਲ ਬਾਈ ਜੀ ਇਹਦਾ ਫਿਕਸ 25,000 ਰੁਪਇਆ। 25,000? ਹਾਂਜੀ, ਆਪਾਂ ਵੈੜ ਬਾਈ ਇਹ 35,000 ਦੀ ਸੀਗੀ, ਆਪਾਂ ਜਿਹੋ ਜਿਹਾ ਕੰਮ ਕਰਨਾ ਬੱਚਾ ਲਿਆ ਕੇ ਆਪਾਂ ਪਾਸੇ ਹੀ ਖੜਾਉਣਾ, ਕਿਹੜਾ ਦੁੱਧ ਚੰਗਾਉਣਾ। ਠੀਕ ਹੈ, ਪਰ ਨਹੀਂ ਆਪਾਂ ਗਲਤ ਕੰਮ 10,000 ਰੁਪਏ ਪਿੱਛੇ ਕਾਹਦੇ ਪਿੱਛੇ, ਹਨਾ? ਠੀਕ, ਨਾ ਹੀ ਆਪਾਂ ਕੰਮ ਕੀਤਾ ਤੇ ਨਾ ਹੀ ਕਰਨਾ। ਠੀਕ ਹੈ, ਸਹੀ ਹੈ। ਹਾਂਜੀ 25,000 ਦੋਸਤੋ ਫਿਕਸ ਜੇ ਮੁੱਲ ਕੀਤੇ ਬਾਈ ਨੇ। 3 ਨੰਬਰ ਬਾਈ ਇਹਦੇ ਹੇਠਾਂ 8 ਕਿਲੋ ਦਾ ਹੁੰਦਾ ਬਾਈ, 7.5 ਵੀ ਰਹਿ ਸਕਦਾ, 8 ਤਾਂ ਮੰਨ ਲਾ 7 ਤੋਂ ਬਾਹਰ ਮੰਨੇ, ਅਗਲਾ 7 ਕਿਲੋ ਮੰਨ ਕੇ ਆਵੇ, 7 ਤੋਂ ਬਾਹਰ ਮੰਨੇ, 7 ਦਾ ਕੰਡੇ ਤੇ ਆਪਾਂ ਚਾੜ ਕੇ ਦੇ ਦੇਵਾਂਗੇ। ਠੀਕ ਹੈ, ਦੁੱਧ ਤੇ 8 8.5 ਬਾਈ ਮੈਂ ਤੁਹਾਨੂੰ ਦੱਸੀ ਜਾਂਦਾ, ਹਨਾ? ਠੀਕ ਹੈ, ਤੇ ਇਹਨੂੰ ਵੀ ਬਾਈ ਅਗਲੇ ਨੇ ਦੱਸਿਆ ਸੰਗਰਾਂਦ ਵਾਲੇ ਦਿਨ ਟੀਕਾ ਭਰਿਆ ਹੋਇਆ, ਪਰ ਮੈਨੂੰ ਤਾਂ ਵੈਟ ਆਏ ਲਾ ਦੇ ਵਿੱਚ 4-5 ਮਹੀਨੇ ਦੀ ਗੱਭਣ ਹੁੰਦੀ ਹੈ ਇਹ, ਤੇ ਗਾਂ ਦਾ ਰੱਬ ਜਾਣਦਾ, ਹਨਾ? ਠੀਕ ਹੈ, ਅਗਲੇ ਦੇ ਦੱਸਣ ਦੇ ਉਹਨੇ ਸੰਗਰਾਂਦ ਵਾਲੇ ਦਿਨ ਦੱਸਿਆ ਆ। ਠੀਕ ਹੈ, 12-15 ਦਿਨ ਹੋ ਗਏ ਆ। ਠੀਕ ਹੈ, ਪਰ ਖਾਲੀ ਮੰਨ ਕੇ ਦੇਵੋਗੇ? ਹਾਂ, ਖਾਲੀ ਮੰਨ ਕੇ ਦੇਣੀ ਬਾਈ, ਆਪਾਂ ਤਾਂ ਉਹ ਵੀ 1.5 ਮਹੀਨੇ ਦੀ ਬਣੀ ਵੀ ਆਪਾਂ ਤਾਂ ਉਹ ਵੀ ਖਾਲੀ ਮੰਨ ਕੇ ਹੀ ਦੇਣੀ ਆ। ਠੀਕ ਹੈ, ਸਹੀ। ਹਾਂ, ਗੱਭਣ ਵਾਲੇ ਤਾਂ ਆਪਾਂ ਮੁੱਲ ਹੀ ਨਹੀਂ ਕੀਤੇ ਇਹਨਾਂ ਦੇ। ਠੀਕ ਹੈ, ਸਹੀ। ਹਾਂਜੀ, ਇਹਦਾ ਦੁੱਧ ਤੁਸੀਂ ਦੱਸਤਾ ਤੇ ਥਣਾ ਥੁਣਾ ਦੀ ਕਿਵੇਂ? ਥਣਾ ਥੁਣਾ ਮੈਨੂੰ ਬਾਈ ਬਿਲਕੁਲ ਸਹੀ ਆ, ਆਪਾਂ ਤਾਂ ਆਦਤ ਵੀ ਹੈ ਨਹੀਂ ਬਾਈ, ਨਹੀਂ ਅਗਲਾ ਸੰਗਲ ਲਾ ਕੇ ਤੇ ਲਿਆਰਾ ਪਾ ਦਿੰਦਾ, ਗਾਨੀਆਂ ਗੁੰਨੀਆਂ ਪਾ ਦਿੰਦਾ, ਆਪਾਂ ਤਾਂ ਵੇਲਾ ਬਾਈ ਜਿਵੇਂ ਪਸ਼ੂ ਸੰਗਲ ਚ ਆ ਗਿਆ ਸੰਗਲ ਚ ਦੇਣਾ, ਤਲਿਆਰੇ ਚ ਆ ਗਿਆ ਤਲਿਆਰੇ ਚ ਦੇਣਾ। ਠੀਕ ਹੈ, ਦੁੱਧ ਕਿੰਨਾ ਦੱਸਿਆ ਸੀ? ਦੁੱਧ ਬਾਈ 7 ਕਿਲੋ ਦਾ ਖੁੱਲਾ ਆਪਾਂ ਕੰਡੇ ਤੇ ਚਾੜਨ, ਹੋ ਸਕਦਾ 8 ਹੋਵੇ। ਸਹੀ ਹੈ ਦੋਸਤੋ, 7 ਕਿਲੋ ਮੰਨ ਕੇ ਆਓ। ਸੂਆ ਦਾ ਕਹਿੰਦੇ ਮੈਂ ਦੱਸਿਆ, ਦੂਜਾ ਬਾਈ, ਦੂਜਾ ਸੂਆ ਪੂਰੀ ਪਲੀ ਵੈੜ ਆ ਬਾਈ। ਠੀਕ ਹੈ, ਸਹੀ ਹੈ। ਖਾਲੀ ਮੰਨ ਕੇ ਸੌਦਾ ਕਰਾ ਦੋਸਤੋ, ਥਣਾ ਦੇ ਸੈਚ ਚੈੱਕ ਕਰ ਲਓ, ਨੇੜੇ ਤੋਂ ਦਿਖਾ ਰਹੇ ਆ, ਮੁੱਠੀ ਵਾਲਾ ਥਣ ਲੱਗਿਆ ਹੋਇਆਗਾ। 7 ਕਿਲੋ ਭਾਵੇਂ ਤੁਸੀਂ 2 ਡੰਗ ਚੋਲੋ ਬਾਈ ਦੇ ਘਰੇ, ਫੇਸ ਕੁਆਲਿਟੀ ਵੀ ਚੈੱਕ ਕਰ ਲਓ। ਤੇ ਖਾਸ ਗੱਲ ਇਹ ਹੈ ਦੋਸਤੋ ਵੀ ਇਹ ਸਾਰੀਆਂ ਕ੍ਰੋਸਿੰਗ ਚ ਪੈਂਦੀਆਂ, ਇਹਨਾਂ ਦਾ ਦੁੱਧ ਜਿਹੜਾ ਸੰਘਣਾ ਹੁੰਦਾ ਹੈਗਾ HF ਦੇ ਮੁਕਾਬਲੇ, ਮੱਝਾਂ ਵਰਗਾ ਦੁੱਧ ਹੁੰਦਾ, ਤੇ ਇਹਦਾ ਮੁੱਲ ਬਈ ਕੀ ਰਹਿਣਾ? ਇਹਦਾ ਬਾਈ ਜੀ ਫਿਕਸ ਹੀ ਆ 20,000 ਰੁਪਇਆ। 20,000 ਰੁਪਇਆ ਬਸ, ਜਿਹੜੇ ਆਪਾਂ ਮੁੱਲ ਕੀਤੇ ਵਿੱਚੋਂ 500 ਰੁਪਇਆ ਛੋੜ ਹੋਣੀ ਬਾਈ, ਉਹੀ ਆਪਾਂ ਨੂੰ ਫੋਨ ਲਾਉਣ ਵੀ ਠੀਕ ਆ ਬਾਈ। ਦੂਜਾ ਜਾਂ ਕਹਿਣ ਬਾਈ 2 ਛੱਡਦੀ 3,000 ਕਿਰਾਇਆ ਦੂਰ ਦਾ, ਵਾਰਡ ਦੂਰ ਦੀ, ਉਹ ਤਾਂ ਸੋਚ ਕੇ ਫੋਨ ਲਾਉਣ, ਹਨਾ? ਤਾਂ ਗੱਲ ਤਾਂ ਆਪਾਂ ਅਗਲੇ ਦੇ ਕੀ ਪੈਣਾ ਵੀ ਕਿਰਾਏ ਕੁਰੇ ਦੀ, ਜਿਹੜੀ ਆਪਾਂ ਗੱਲ ਦੱਸੀ ਵੀ ਸਾਨੂੰ ਇੰਨਾ ਕਿਰਾਇਆ ਪੈਣਾ ਵੀ ਉਹ ਕਿਰਾਏ ਬਾਰੇ ਸੋਚ ਕੇ ਫੇਰ ਫੋਨ ਲਾਉਣਾ, ਹੋਰ ਆਪਾਂ ਗੱਲ ਥੋੜੋ ਪੈਣਾ ਅਗਲੇ ਵੀ ਸੋਚ ਕੇ ਫੋਨ ਲਾਉਣਾ ਜਾਂ, ਠੀਕ ਨਾ? ਉਹ ਚੀਜ਼ ਤਾਂ ਵੱਖਰੀ ਆ ਚੱਲ, ਹਨਾ? ਠੀਕ ਆ, ਅੱਗੇ ਚੱਲ ਵੜਦੇ ਬਾਈ। ਹਾਂਜੀ, ਅੱਗੇ ਇੱਧਰ। ਹਾਂਜੀ ਬਾਈ, ਇਹਦੀ ਕੀ ਡਿਟੇਲ ਆ ਬਾਈ? ਇਹਨੂੰ ਬਾਈ ਜੀ 7-8 ਮਹੀਨੇ ਹੋ ਗਏ ਸੂਈ ਨੂੰ, ਇਹਦੇ ਮਗਰ ਵੱਛਾ ਸੀ ਉਹ ਆਪਣੇ ਕੋਲੇ ਮਰਿਆ। ਠੀਕ ਆ, ਦੁੱਧ ਹੁਣ ਦੋਵੇਂ ਵੇਲਿਆਂ ਦਾ 4 ਕਿਲੋ ਆ, 4 ਕਿਲੋ ਸਿਰਫ, 4 ਕਿਲੋ ਦੁੱਧ ਇੱਕ ਟਾਈਮ ਹੀ ਚੁੰਨੇ ਬਾਈ ਅਸੀਂ। ਅੱਛਾ, ਮੂਰੇ ਖੜਨਾ ਪੈਂਦਾ, ਲੱਤਾਂ ਨਹੀਂ ਮਾਰਦੀ, ਭਾਵੇਂ 4 ਵੇਰਾ ਨਿਆਣਾ ਪਾ ਲਾ ਕੇ ਪਾ ਲਓ, ਆਸਰਾ ਭਾਲਦੀ ਮੂਰੇ ਖੜਨ ਦਾ। ਠੀਕ ਆ, ਠੀਕ ਆ। ਇੱਕ ਤੁਹਾਨੂੰ ਇਹ ਤੈਲ ਆ, ਮੂਰ ਲਿਓ ਮੂਰੇ ਤੁਹਾਨੂੰ ਤੈਲ। ਹਾਂਜੀ ਬਾਈ, ਠੀਕ ਆ। ਇਹਨੂੰ ਇਹ ਸ਼ਾਮ ਨੂੰ ਚੁੰਨੇ ਆ, ਪਹਿਲਾਂ ਸਵੇਰ ਚੁੰਦੇ ਸੀ, ਇੱਕ ਦਿਨ ਵਿੱਚੋਂ ਡੰਗ ਚੋਈ ਨਹੀਂ ਗਈ, ਹਨਾ? ਤੇ ਹੁਣ ਕੱਲ ਦੀ ਇਹ ਸ਼ਾਮ ਨੂੰ ਪਾਲੀ ਇਹ। ਠੀਕ ਆ, 4 ਕਿਲੋ ਦੁੱਧ ਇੱਕ ਟਾਈਮ ਹੀ ਦਿੰਦੀ ਇਹ, ਇੱਕ ਟਾਈਮ। ਹਾਂਜੀ, ਮੂਰੇ ਖੜਨਾ ਪੈਂਦਾ ਇਹਦੇ। ਠੀਕ ਆ, ਆਸਰਾ ਭਾਲਦੀ ਆ। ਠੀਕ, ਹਾਂ ਵੀ ਲੱਤਾਂ ਨਹੀਂ ਮਾਰਦੀ, ਵੀ ਆਵੇ ਬਸ ਅਸੀਂ ਜਿਵੇਂ ਦਾਣਾ ਪਾ ਕੇ ਇੱਕ ਵਾਰ ਤੇ ਬਸ ਅਸੀਂ ਮਾੜਾ ਜਿਹਾ ਰੱਸਾ ਫੜਨਾ ਫੜ ਲਓ, ਤੇ ਨਹੀਂ ਤਾਂ ਕਿਤੇ ਕਿਤੇ 7-8 ਦਿਨਾਂ ਬਾਅਦ ਇਹਦੇ ਜਿਵੇਂ ਉੱਠਦੀ ਆ, ਹਨਾ? ਵੀ ਲੂਣੀ ਜੀ ਵੀ ਹਿੱਲਾਂ ਮੈਂ, ਤੇ ਸਾਨੂੰ ਤਾਂ ਮੂਰੇ ਖੜਨਾ ਪੈਂਦਾ। ਠੀਕ ਆ, ਤੋਰ ਦੇ ਮਾੜਾ ਇਹਨੂੰ, ਤੋਰ ਕੇ ਦਿਖਾ, ਲੋੜ ਹੀ ਨਹੀਂ ਇਹਦਾ, ਤੋਰਾ ਸਹੀ ਆ ਬਈ, ਕੋਈ ਭਾਜਦੀ ਨਹੀਂ ਗੀ। ਠੀਕ ਆ, ਹਾਂਜੀ, ਹੁਣ ਇਹਦਾ ਨਰਕ ਸਿਆ ਬੈਠਾ। ਠੀਕ ਆ, ਠੀਕ, ਹਾਂਜੀ ਬਾਈ, ਤੇ ਕੋਈ ਮਾਰਦੀ ਨਹੀਂ, ਕੋਈ ਭਾਵੇਂ ਬੜੀਆਂ ਖੋਲੀ ਫਿਰਨ, ਬੰਦੇ ਖੋਲੀ, ਕੋਈ ਚੱਕਰ ਹੀ ਨਹੀਂ। ਠੀਕ ਆ, ਸਹੀ ਆ। ਤੇ ਸ਼ਾਹੀਵਾਲ ਚ ਆ ਗਈ? ਹਾਂ, ਸ਼ਾਹੀਵਾਲ ਚ ਆ ਗਈ ਬਾਈ। ਠੀਕ ਆ, ਇਹ 2 ਵਾਰਾ ਟੀਕੇ ਭਰਾਏ ਸੀ, ਰਹੀ ਨਹੀਂ ਬਾਈ, ਹੁਣ ਢੱਠੇ ਤੋਂ ਡਾਇਰੈਕਟ ਕ੍ਰੋਸ ਕਰਾ ਕੇ ਫੇਰ ਗਾਂ ਰਹੂਗੀ ਇਹ। ਐਵੇਂ ਇਹ ਤਾਂ ਜੇ ਆਪਣੇ ਘਰ ਦੀ ਹੈਗੀ ਹੈ ਨਾ, ਤਾਂ ਬਾ ਕੋਈ ਜਗ੍ਹਾ ਇਹਦੇ ਟੀਕਾ ਬਈ ਜਮਾ ਖਾਲੀ, 2 ਵਾਰਾ ਟੀਕੇ ਭਰਾਏ ਸੀ, ਜਮਾ ਪਿਓਰ ਖਾਲੀ ਆ। ਦੋਸਤੋ ਇਹਦਾ ਮਰ ਚੁੱਕਿਆ, 6-7 ਮਹੀਨੇ ਹੋ ਗਏ ਸੂਈ ਨੂੰ, 4 ਕਿਲੋ ਦੁੱਧ ਤਿਆਰ ਆ, ਤੇ ਇੱਕ ਥਣ ਚ ਤਿਲ ਆ ਇਧਰਲੇ ਪਾਸਿਓਂ, ਉਹ ਵੀ ਤੁਹਾਨੂੰ ਦਿਖਾ ਦਿੰਨੇ ਆ, ਸ਼ਾਹੀਵਾਲ ਚ ਪੈਂਦੀ ਇਹ, ਤੇ ਖਾਲੀ ਆ, ਰਹੀ ਨਹੀਂ ਬਾਈ ਦੱਸਦਾ। 2 ਵਾਰਾ ਬਈ ਟੀਕਾ ਭਰਾਏ, ਰਹੀ ਨਹੀਂ, ਰਹਿੰਦੇ ਇਹੀ ਜੀ ਦਾ ਮੁੱਲ ਆਪਾਂ 6,000 ਕੀਤਾ।
ਇਹੀ ਹੈ ਜਿਹੜਾ ਸ਼ੇਕ ਨਹੀਂ ਮੁੱਲ ਇਹਦਾ ਬਾਈ 5000 4500 ਦੀ ਤਾਂ ਆਪਣੀ ਹਾਂ ਤੇ ਨਾ ਹੀ ਆ ਬਸ ਇਹ। ਅੱਛਾ ਠੀਕ ਹੈ ਦੋਸਤੋ, ਮੁੱਲ ਇਹਦਾ 5000 4500 ਦੀ ਯੈਸ ਨੋ ਹੀ ਹੈ ਬਸ। 4 ਕਿਲੋ ਦੁੱਧ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ, 4 ਨਾਗ ਹੋਵੇ ਜਿਹੜਾ ਨਾਗ ਤੁਹਾਨੂੰ ਜੱਜਦਾ ਬਾਈ ਨਾਲ ਸੰਪਰਕ ਕਰ ਲਿਓ। ਵੀਡੀਓ ਦੇਖਣ ਲਈ ਧੰਨਵਾਦ।